ਬਦਮਾਸ਼ ਬੁਆイズ ਇਹ ਹਾਸ ਤੋਰ ਪਰ ਉਹਨਾਂ ਮਾਰੇ ਆ ਜਿਨ੍ਹਾਂ ਦੀ ਉਮਰ ਜਿੰਨ ਪਾਪੜ ਖਾਣੇ ਨਹੀਂ ਹੋਣੀ ਪਰ ਫੇਸਬੁੱਕ ਉੱਪਰ ਬਦਮਾਸ਼ੀ ਵਾਲੇ ਸਟੇਟਸ ਲਾਣੇ ਹਾਂ ਹੇ ਵਿੱਚੂ ਕੇ ਹੀ ਹੁਸ਼ ਹੋਣ ਵੀ ਕਿ ਅਸਾਂ ਕਰ ਜਿਨ ਪਾਪੜ ਖਾਦੇ ਹੀ ਨਹੀਂ ਚਲੋ ਸੁਣਾਣਿਆ ਤੁਸੀਂ ਫਿਰ ਸ਼ੋਗਲ ਨਾਰਮਲ ਬੰਦੇ ਇੱਕ ਕਿਸੇ ਬੰਦੇ ਨਾਲ ਮਸਲਾ ਵਾਹੇ ਤਾਂ ਉਸ ਨਾਲ ਡਾਇਰੈਕਟ ਮਿਲ ਕੇ ਗੱਲ ਖਤਮ ਕਰਨਾ ਹੈ ਅਗਰ ਵਿੱਚ ਆਪਣੀ ਗਲਤੀ ਵਾਹੇ ਨੇ ਫਿਰ ਦੋਸਤ ਆਪਰਾ ਕੋਈ ਵਿੱਚ ਬਾਈ ਤਾਂ ਗੱਲ ਖਤਮ ਕਰਨਾ ਇਨ ਕਰਨੇ ਮਗਰ ਫੇਸਬੁੱਕ ਬਦਮਾਸ਼ ਬੁਆイズ ਕਾਕਾ ਜੀ ਸੱਚ ਵੀ ਨੋਏ ਕੰਮ ਕਰਨ ਉਹ ਡਾਇਰੈਕਟ ਸਟੇਟਸ ਲਾਣੇ ਸ਼ਰੀਕੋ ਜਿਸ ਕੋ ਮੁੱਝ ਸੇ ਮਸਲਾ ਹੈ ਉਹ ਸਾਹਮਣੇ ਆਏ ਆਹ ਤੁਸਾਨੂੰ ਕਰੋ ਬਾਹਰ ਨਿਕਲਿਆ ਉਹ ਖਾਵੇ ਸਾਹਮਣੇ ਆਈ ਸੀ ਕਰੋ ਬਾਹਰ ਨੂੰ ਨਿਕਸੋ ਤੋਂ ਸਾਹਮਣੇ ਕਿਸ ਰਿਆ ਸੀ ਇਹਨਾਂ ਨਾਲ ਆਪਣਾ ਕੋਈ ਮਸਲਾ ਹੋਈ ਕਿਛੇ ਤੇ 10 ਜਣੇ ਕਰੋ ਬਾਹਰ ਹੀ ਨਿਕਲ ਲੈ ਉਹ ਸ਼ਰੀਕੋ ਆਦੀ ਜ਼ਿੰਦਗੀ ਮੈਂ ਨੇ ਬੀਤੀ ਇਸੇ ਸ਼ਹਿਰ ਮੇਂ ਗੁਜ਼ਾਰੀ ਹੈ ਹਾਂ ਜੀ ਠੀਕ ਆਹਨੇ ਕਰੈ ਸੋ 1 ਘੰਟਾ ਬਾਹਰ ਰਹਿਣ ਤੇ ਘਰ ਲੈਨੇ ਨੂੰ ਮਸਜਿਦ ਦਾ ਦੋੜੀ ਭੇਨੇ ਲਾਨ ਕਰਾਣੇ ਤੇ ਕੇ ਸਾੜਾ ਨਿਕੋਟਾ ਘੂਮੀ ਗਿਆ ਪਿਆਰ ਸੇ ਸਮਝਾ ਰਹਾ ਹੂੰ ਤੋ ਸਮਝ ਜਾਓ ਵਰਾ ਗੇਮ ਐਸੀ ਡਾਲੂਗਾ ਕਿ ਯਾਦ ਰੱਖੋਗੇ ਜੀ ਇਹ ਗੇਮ ਬੁੱਢਾ ਢੀ ਬਣੇ ਅਗਰ ਇਹਨਾਂ ਕੋਲ ਮੈਡਮ ਪੁੱਛੇ ਕਿ ਨਾ ਕਿ ਹੋਮਵਰਕ ਕਿਉਂ ਨਹੀਂ ਕੀਤਾ ਇਹ ਆਣੇ ਕਿ ਜੀ ਮੈਡਮ ਕੀਤਾ ਤਾਂ تھا ਮਗਰ ਕਾਪੀ ਘਰ ਭੁੱਲ ਗਿਆ ਹੂੰ ਫਿਰ ਬਈ ਦੋਸਤਾਂ ਕੇ ਆਣੇ ਤੱਕ ਆਵੇ ਕੈਸੀ ਗੇਮ ਸੱਟੀ ਕੁਝ ਬੰਦਬਾਸ਼ ਵੌਇਸ ਫਿਰ ਸਟੇਟਸ ਉਪਰ ਗਾਲੀਆਂ ਵੀ ਲਿਖਣੇ ਅਗਰ ਇਹਨਾਂ ਕੋਈ ਪੋੜੀ ਕਿਨੈ ਫਿਰ ਇਹਨਾਂ ਨਾਲ ਤਖਣੇ ਆਲਾ ਹੋਣੋ ਗਾਲੀਆਂ ਕੈਸੇ ਦੇ ਰਹਾ تھا ਗਾਲੇ ਭਾਈਆ ਮੇਰਾ ਮੂੰਹ ਜ਼ਾਲੀ ਕਰ ਗਈ ਵੈਰੀ ਜਵਾਂ ਟੁੱਟ ਗਈ ਆਸ ਓਏ ਕਿਕਰ ਫਰੇ ਦੋਸਤਾਂ ਕੀ ਚੀਜ਼ ਦੱਸਣੇ ਕੇ ਵਕਤ ਬਈ ਛੁੜਿਆ ਨਠੇ ਹੀ ਨਾ ਇਹ ਤਾਂ ਸੱਚੀ ਗੱਲ ਬੋਗਿਓ ਨਾ ਤੁਸਾਂ ਕੀ ਨਸਨੈ ਮੂੰਹ ਕਾਇਂ ਨਹੀਂ ਦਿੱਤਾ ਜਾਂ ਤੁਸਾਂ ਨਸਨੈ ਜੋ ਕੋਈ ਰਹੀ ਕੋਈ ਨਾ ਪਟਕਾਰ ਖਾਈ ਖਾਈ ਤੁਸਾਂ ਮੂੰਹ ਪਿਸਤੋਲੈ ਰੋਈ ਗਿਆ ਆਹਾਂ ਸੱਚੀ ਪਿਸਤੋਲੈ ਸੁ ਯਾਦ ਆਇਆ ਜਿਨਾਂ ਨੇ ਉਮਰ ਲਗੜੀ ਨਹੀਂ ਗੋਲੀਆਂ ਵਾਲੇ ਪਿਸਤੋਲ ਚਲਾਣੇ ਨਹੀਂ ਹੋਣੀ ਉਹ ਵੀ ਫੇਸਬੁਕ ਉਪਰ ਸਟੇਟਸ ਲਾਣੇ ਮਸ਼ੂਕਾ ਨਹੀਂ ਅਸਲਾ ਰਖਿਆ ਇਹਨਾਂ ਕੀ ਅਗਰ ਅਸਲ ਵਿੱਚ ਕੋਈ ਪਿਸਤੋਲ ਪੁਗੜਾਈ ਛੁੜਾ ਤਾਂ ਦੋ ਥਾਣਾ ਜ਼ੋਰਨ ਪੋੜੀਦਾ ਹਨ ਅਸਾਂ ਜਿਹੜਾ ਕਰ ਰੱਖਿਆ ਉਹ ਕਾਫੀ ਹਲਕਾ ਜੀ ਜ਼ਹਿਰੀ ਜੀ ਗੱਲੀ ਅਸਲ ਬਸਤੋਲੇ ਚਰ ਚੂਠਾਲੇ ਬਸਤੋਲੇ ਫਰ ਗੋ ਕਾਕਾ ਇਹ ਇਹ ਜਗਤ ਹੋਣੇ ਜਿਹੜੇ ਗੋਲੀਆਂ ਨੇ ਖਾਲੀ ਖੋ ਕੇ ਚਾਈ ਮਾਸਨ ਤਿਲੀਆਂ ਗੂਟੂ ਕੀ ਬਾਈ ਦਾਣੇ ਹਮਾਰੇ ਪਾਸ ਬੁਲੇਟਸ ਪੜੀ ਹੋਈਆਂ ਹਨ ਮਾਹੌਲ ਕਾ ਕੀਆ ਹੈ ਜਬ ਵੀ ਕੋ ਹੋਗੇ ਬਦਲ ਦੇਗੇ ਅਗ ਮੁਕਾ ਕਰਾਚੀ ਨੇ ਕੋਈ ਖਰਾਬ ਬਲਬ ਨਹੀਂ ਬਦਲਣਾ ਦੇਣਾ ਕਿ ਪੰਨੀ ਛੋੜ ਸੋਨ ਤੇ ਮਾਹੌਲ ਬਦਲ ਦੇਗੇ ਗੱਡੀਂ ਟਾਇਰ ਬਦਲਾਈ ਤਰੇ ਦੇ ਨ ਲੱਕ ਨਹੀਂ ਸਿੱਧਾ ਹੋਣੋ ਤੇ ਮਾਹੌਲ ਬਦਲ ਦੇਗੇ ਕਰ ਰਹੀ ਜਿਨਾਂ ਦੀ ਸਵਾਦਾਂ ਰੋਟੀ ਲਬਣੀ ਤਾਂ ਮਾਹੌਲ ਬਦਲ ਦੇਂਗੇ ਫਿਰ ਵੀ ਇਹ ਬਦਮਾਸ਼ੀਆਂ ਕਰਨੇ ਪਰੋਂਠੇ ਖਾਣਨੇ ਤਾਂ ਮੈਂ ਨਹੀਂ ਖਾਣੇ ਮੈਂ ਚੱਲਾ ਹੀ ਘਰ ਛੱਡ ਕੇ ਫਿਰ ਜਾ ਮੈਂ ਚਲੇ ਜਾਣਾ ਕਿਹਾਂ ਮੇਰਾ ਹਿੱਸਾ ਦੋ ਪਹਿਲਾਂ ਪਹਿਲੀ ਦਾ ਕਾ ਦਾ ਹਿੱਸਾ ਦੇ ਗਿਆ ਤੈਨੂੰ ਮੇਰੇ ਜਿੰਨੇ ਆਉਂਦੇ ਓ ਲੱਗਦਾ ਚੱਲ ਤੁਰਦਾ ਹੋ ਚੱਲੇ ਆਈ ਫਿਰ ਮੈਂ ਜਾ ਮੈਂ ਰੋਟੀ ਦੇ ਮੈਂ ਰੋਟੀ ਤਾਂ ਖਾਣੀ ਪਹਿਲਾਂ ਨਾਰਮਲ ਜਗਤਾਂਗੇ ਅਗਰ ਕੋਈ ਮੁੱਲੇ ਨਾਲ ਬੜਾ ਬੰਦਾ ਉਹਨਾਂ ਨੇ ਗਲਤੀ ਪਰ ਰੋਲਾ ਭਾਇ ਉਹ ਯਾਦ ਮਾਅਰਤ ਕਰੇ ਕਿਨੇ ਯਾ ਸਿਰ ਸੱਟੀ ਟੂਰੀ ਪਹਿਣੇ ਮਗਰ ਬਦਮਾਸ਼ ਬੁਆਇਜ਼ ਮੀਆਂ ਜੀ ਉਹਨਾਂਗੇ ਹੁਸਾ ਆਰਣ ਫਿਰ ਉਹ ਫੁੱਲ ਬਦਮਾਸ਼ੀ ਨਾਲ ਚਾਚੇ ਕੀ ਆਵਾਜ਼ ਦੇਣੇ ਉਹ ਚਾਚਾ ਧਰ ਖੋਦੀ ਰਿਆ ਪੁੱਤਰਾ ਬਦਮਾਸ਼ ਬੁਆਏ ਜ ਮਿਹਨੇ ਇੱਕ ਵਾਰੀ ਸ਼ੈਂਪੂ ਨਾਲ ਸਿਰ ਖੰਗਾਲੀ ਕਿਨੇ ਵਾਲ ਜਿਸਰੇ ਉਹਨਾਂ ਨੇ ਮੱਥੇ ਪੈਣੇ ਫਿਰ ਇੰਸਟਾਗ੍ਰਾਮ ਉ ਕੋਈ ਤਸਵੀਰ ਲਈ ਤਾਂ ਨੇ ਈਮੋ ਬੁਆਏ ਔਰ ਜਿਸੇ ਸਿਰੇ ਤੇਲ ਚਪੜਿਆ ਵੈਦ ਫਿਰ ਕਛੀ ਲੈਣੇ ਸ਼ਾਕਾ ਨਾਲ ਸਟੇਟਸ ਚੱਲ ਕਿਹੜੇ ਥਾਣੇ ਜਾਣਾ ਮੈਨੂੰ ਸਰਜੀ ਸਰਜੀ ਕਹਿੰਦੇ ਨੇ ਪੁਲਿਸ ਆ ਗਿਆ जिन्ह ने उमर मोमी तो आवाज़ की गुड्डी डरने नही होनी उन्होंने ग्रुपने की ग्रुप भी ग्रुप और फिर तस्वीर पर स्टेटस लाने हमारी जारी और शेर की सवारी किस्मत मालू को ही मिलती है ध्यान करो जंगल में बादशाह सवारी नल बा खोता या घोड़ा खैर जिस इन्होंने ग्रुप ना कोई प्रो मैक्स किस्म बदमाश ਪੋੜਿਆ ਗਿਸ਼ ਨਗਰ ਹੈ ਉੱਥੇ ਫਿਰ ਗਿਸ਼ੀ ਆਪਣੇ ਗਰੁੱਪਾਂ ਦੇ ਬਾਰੇ ਚਾਹਣਾ ਇਹ ਫੁੱਦੂ ਹੈ ਸਾਰੇ ਜਿਹੜੇ ਫੁੱਦੂ ਆ ਚਾਰਥ ਵੀ ਵਾਲੇ ਫੁੱਦੂ ਸਾਰੇ ਫੁੱਦੂ ਹਨ ਸਾਰੇ ਫੁੱਦੂ ਨੇ ਕੁਝ ਬਦਮਾਸ਼ ਬੁਆਇਜ਼ ਮੰਗੇ ਪਿਸਤੋਲੇ ਨਾਲ ਵੀਡੀਓ ਬਣਾਈ ਤੇ ਫਿਰ ਫੇਸਬੁੱਕ ਉੱਪਰ ਅਪਲੋਡ ਕਰਨੇ ਨਾਲ ਗੋਲੀਆਂ ਨਾਲ ਆਪਣੇ ਗਰੁੱਪਾਂ ਨੂੰ ਵੀ ਲੈਣੇ ਫਿਰ ਅਗਰ ਪੁਲਿਸ ਇਹਨਾਂ ਨੂੰ ਸਿਸਟਮ ਅਪਡੇਟ ਕਰੀ ਕੇ ਚਾਹਤ ਫਿਰ ਹਣੇ ਅਸਲ ਅਨਿਆਏ ਹੋਇਆ ਪਰ ਬਾਹਰ ਕੋ ਤਾਂ ਮੈਂ ਧਰੋਗਲ ਜਾ ਕੇ ਚਪੇੜਾ ਮਾਰੀਆਂ ਕੁਝ ਬਦਮਾਸ਼ ਬੁਆਇਜ਼ ਆਪਣੇ ਆਪ ਹੈ ਕਿ ਤਬ ਤੱਕ ਸਹੀ ਕਰੀ ਬਦਮਾਸ਼ ਨਹੀਂ ਸਮਨੇ ਜਦ ਤੱਕ ਇਹਨਾਂ ਕੋਲੇ ਸਾਰੀਆਂ ਚੀਜ਼ਾਂ ਨਾ ਤੇ ਜ਼ੰਗ ਲਗਾ ਪਸਤੋਲ ਔਰ ਇਹ ਸਾਰੀ ਚੀਜ਼ਾਂ ਨੇ ਕਿੰਨੇ ਮਾਰੇ ਬੜੀ ਜਦੋ ਜਾਇਦ ਕਰਨੀ ਪੈਣੀ ਕਾਕਾ ਬਦਮਾਸ਼ ਬੰਨਾ ਫਿਰ ਕੋਈ ਸੋਹਾ ਤਾਂ ਨਹੀਂ ਨਾ ਅਗਰ ਇਹ ਜੇ ਚੋਕੇ ਰੇੜੀ ਲਾਈ ਵੈ ਔਰ ਇਹਨਾਂ ਕੋਲ ਪੂਰੀ ਦਿਹਾੜੀ ਕੋਈ ਗਾਖ ਨਾ ਛੇ ਤੇ ਇਹ ਨਹੀਂ ਆਹਾਂ ਲੈ ਕੇ ਅਸਾਂ ਦੀ ਦਿਹਾੜੀ ਨਹੀਂ ਹੋਈ ਇਹ ਆਸਾਂ ਕੇ ਲੋਕ ਅਸਾਂ ਕੋ ਡਰਨੇ ਤਾਂ ਅਸਾਂ ਕੋ ਨਹੀਂ ਆਏ ਨਹੀਂ ਮੀ ਇਹ ਗੱਲ ਦੱਸੋ ਫਰਜ਼ ਕਰੋ ਤੁਸੀਂ ਸਬਜ਼ੀ ਰੇੜੀ ਲਾਈ ਵੀ ਔਰ ਇੱਕ ਬੰਦਾ ਕਪੜੇ ਕਿੰਨੇ ਤਾਇਆ ਉਹ ਕਪੜੇ ਕਿੰਨੀ ਚਲਾ ਗਿਆ ਉਹ ਸਬਜ਼ੀ ਨਹੀਂ ਕਿੰਨੀ ਤਾਂ ਕਿਆ ਮਤਲਬ ਆ ਉਸ ਨੂੰ ਡਰਨਾ ਹੇਰਾ ਕੰਟਰੋਲ ਕੰਟਰੋਲ ਆਹਰ ਜਿੰਨਾ ਯਾਸਾਂ ਕਿ ਅਗਰ ਤੁਸਾਨੂੰ ਕੋਈ ਫੇਸਬੁਕ ਬਦਮਾਸ਼ ਵੋਇ ਨਾਲ ਤਲਕ ਥਿਆ ਤੇ ਉਸ ਕੀ ਸਮਝਾਓ ਅਗਰ ਉਹ ਨਹੀਂ ਸਮਝਣਾ ਤਾਂ ਫਿਰ ਜਿਹੜੇ ਮੰਨਣਾ ਉਹ ਮੰਨ ਦਿਓ ਬਾਕੀ ਆਪਣਾ ਆਪਣਾ ਕੰਮ ਕਰੋ